ਹੋ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ। ਘਰ-ਘਰ ਜਾ ਕੇ ਡੋਰ ਟੂ ਡੋਰ ਇੱਕ-ਇੱਕ ਘਰ ਦੇ ਅਸੀਂ ਗਏ ਆ। ਬਹੁਤ ਹੀ ਜ਼ਿਆਦਾ ਸਨੇਹ ਪਿਆਰ ਮਿਲ ਲਿਆ ਲੋਕਾਂ ਨੂੰ। ਸਾਡੇ ਕੀਤੇ ਹੋਏ ਕੰਮ ਇੱਕ-ਇੱਕ ਨੂੰ ਟਿਪਸ ਦੇ ਯਾਦ ਆ। ਉਹ ਲੋਕੀ ਇਹ ਗੱਲ ਕਹਿ ਰਹੇ ਆ ਕਿ ਤੁਹਾਨੂੰ ਕੈਂਪੇਨਿੰਗ ਕਰਨ ਦੀ ਕੋਈ ਲੋੜ ਨਹੀਂ ਆ ਘਰੇ ਆਰਾਮ ਨਾਲ ਬੈਠੋ। ਤੁਹਾਡੀ ਕੈਂਪੇਨਿੰਗ ਅਸੀਂ ਖੁਦ ਕਰ ਦੇਣੀ ਆ। ਜੋ ਵੀ ਆਪਾਂ ਇੱਥੇ ਮੈਂ ਸਾਰਿਆਂ ਨੂੰ ਇੱਕ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿ ਇਹ ਯੂਥ ਨੂੰ ਅੱਗੇ ਆਪਾਂ ਲੈ ਕੇ ਲਿਉਣੇ ਆ ਤਾਂ ਯੂਥ ਦੇ ਨਾਲ ਯੂਥ ਹੀ ਜੁੜਨਾ ਤੁਸੀਂ ਰੈਲੀ 'ਚ ਦੇਖ ਲਿਆ ਸਾਰੇ ਟੋਟਲੀ ਮੁੰਡੇ ਕਿ ਮੇਰੀ ਸ਼ਵਕਿਤਾਂ ਦੀ ਆ ਔਰ ਰਹੀ ਗੱਲ ਜਿਹੜੇ ਕੰਮ ਬਾਅਦ ਚ ਕੀਤੇ ਜਾਣਗੇ ਜਾਂ ਉਹਨਾਂ ਨੂੰ ਭੱਜਾਂਗੇ ਨਹੀਂ ਇਹ ਤਾਂ ਮੈਂ ਵਾਅਦਾ ਕਰ ਸਕਦਾ ਹੈਣਾ ਮਹਾਦੇਵ ਕੀ ਸ਼ੁਭਨੁਤੇ ਆ ਕੇ ਕਹਿੰਦਾ ਵੀ ਜੇ ਅਸੀਂ ਨੌਗਰ ਨਗਰ ਕਾਉਂਸਲ ਚ ਆਏ ਕਿਸ ਨੂੰ ਨਾ ਤਾਂ ਪੈਸਾ ਖਾਵਾਂਗੇ ਤੇ ਨਾ ਖਾਣ ਦਵਾਂਗੇ ਇਹ ਨੂਰਮੈਲ ਦੇ ਵਿਕਾਸ ਕਾਰਜ ਤੁਸੀਂ ਕਿੱਥੇ ਤੱਕ ਮੰਨਦੇ ਹੋ ਦੀ ਕਿੰਨੇ 100 ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੋਗੇ ਨੂਰਮੈਲ ਦੇ ਵਿਕਾਸ ਕਾਰਜ ਜੈਸ ਐ ਕੈਂਡੀਡੇਟ ਜਿਹੜੇ ਪਹਿਲਾਂ ਹੋ ਚੁੱਕੇ ਹੈ ਜੀ ਇੱਕ ਵੀ ਪਰਸੈਂਟ ਨਹੀਂ ਜੀ ਤੁਸੀਂ ਵੇਖ ਰਹੇ ਹੋ ਛਣਕਾਟਾ ਟੀਵੀ ਨਿਊਜ਼ ਜੀਵੇਂ ਜੀਵੇਂ ਇਲੈਕਸ਼ਨ ਦਾ ਟਾਈਮ ਬਹੁਤ ਨੇੜੇ ਆ ਰਿਹਾ ਹੈ ਉਵੇਂ ਹੀ ਸਾਡੇ ਜਿਹੜੇ ਉਮੀਦਵਾਰ ਨੇ ਨੂਰਮੈਲ ਦੇ ਉਮੀਦਵਾਰ ਨੇ ਜਿਹੜੇ ਉਹ ਬਹੁਤ ਉਤਸ਼ਾਹਿਤ ਨੇ ਤੇ ਕਾਫੀ ਆਪਣੀ ਜੋਸ਼ੋਖ ਰੋਸ਼ ਨਾਲ ਰੈਲੀਆਂ ਨੂੰ ਸੰਪੂਰਨ ਕਰ ਰਹੇ ਨੇ ਤੇ ਸਾਡੇ ਨਾਲ ਬਾਈ ਖੜੇ ਨੇ ਗੁਰਵਿੰਦਰ ਸਿੰਘ ਸੋਖਲ ਜੀ ਜੋ ਵਾਰਡ ਨੰਬਰ 3 ਤੋਂ ਉਮੀਦਵਾਰ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜੀ ਅੱਜ ਦੀ ਜਿਹੜੀ ਰੈਲੀ ਕੱਢੀ ਆ ਅੱਜ ਦਾ ਜਿਹੜਾ ਇੱਕ ਰੋਡ ਸ਼ੋਅ ਕੱਢਿਆ ਆ ਉਹਦਾ ਮਕਸਦ ਕੀ ਸੀ ਮੈਨੂੰ ਮਕਸਦ ਤਾਂ ਕਲੀਅਰ ਆ ਵੀਕ ਲੋਕਾਂ ਨੂੰ ਜਾਗਰੂਕ ਜਰੂਰ ਕਰਨਾ ਸੀਗਾ ਵੀ ਸਹੀ ਕੌਣ ਆ ਤੇ ਗਲਤ ਕੌਣ ਆ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਬਾਜੀ ਕਿਵੇਂ ਚੱਲ ਰਿਹਾ ਦੋਸਤੋ ਪਹਿਲਾਂ ਤਾਂ ਤੁਹਾਡਾ ਜਿਹੜਾ ਚੋਣ ਪ੍ਰਚਾਰ ਆਜ ਦੇਖ ਕੇ ਬੜਾ ਦਿਲ ਖੁਸ਼ ਹੋਇਆ ਵੀ ਵਾਕੇ ਵੀ ਉਹ ਉਮੀਦਵਾਰ ਹੋਵੇ ਤਾਂ ਇਦਾਂ ਦਾ ਹੋਵੇ ਜਿਹੜਾ ਜੋਸ਼ ਨਾਲ ਕੰਮ ਕਰਨ ਵਾਲਾ ਹੋਵੇ ਜੀ 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 ਸਰ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਆਪਾਂ ਅੱਜ ਛੋਟੀ ਜੀ ਡੋਰ ਟੂ ਡੋਰ ਛੋਟੀ ਜੀ ਰੈਲੀ ਕਹੋ ਜੋ ਵੀ ਆਪਾਂ ਇੱਥੇ ਮੈਂ ਸਾਰਿਆਂ ਨੂੰ ਇੱਕ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿ ਇਹ ਯੂਥ ਨੂੰ ਅੱਗੇ ਆਪਾਂ ਲੈ ਕੇ ਲਿਆ ਠੀਕ ਹੈ ਜੀ ਔਰ ਇਹ ਭੱਜ ਭੱਜ ਕੇ ਕੰਮ ਕਰਨ ਵਾਲੇ ਆ ਇਹ ਨਹੀਂ ਹੈਗਾ ਕਿ ਇਹ ਮਤਲਬ ਕਿ ਤੁਹਾਡੇ ਕੋਲ ਤੇ ਆਉਣਗੇ ਨਹੀਂ ਅਸੀਂ ਜਾਂ ਕੁਝ ਵੀ ਇਦਾਂ ਦਾ ਆ ਹਰ ਇੱਕ ਸਾਡੇ ਕਹਣੇ ਜਿਹਾਂ ਮੁੰਡੇ ਅਸੀਂ ਜੇ ਤੁਹਾਨੂੰ ਪਤਾ ਹੈ ਸਾਡਾ ਜਿਮ ਆ ਤਾਂ ਸਾਡੀ ਇੱਕ ਵਾਸਤੇ ਸਾਰਾ ਯੂਥ ਬੜੀ ਛੇਤੀ ਇਕੱਠਾ ਹੋ ਜਾਂਦਾ ਸੋ ਕਿਤੇ ਵੀ ਸਾਨੂੰ ਦਿੱਕਤ ਆਉਂਦੀ ਆ ਸਾਡੇ ਨਾਲ ਭਰਾ ਰਹਿੰਦੇ ਆ ਤੇ ਅੱਜ ਉਹਨਾਂ ਨੂੰ ਇੱਕ ਛੋਟੀ ਜਿਹੀ ਬੇਨਤੀ ਲਈ ਸੀ ਸਾਰਾ ਯੂਥ ਵਾਰਡ ਚੋਂ ਵੀ ਕਾਫੀ ਸਿਗੇ ਤੇ ਔਰ ਅਸੀਂ ਆਪਣੇ ਜਿੰਨੇ ਵੀ ਜਿਮ ਦੇ ਨਾਲ ਸਿਗੇ ਸਾਰੇ ਮੁੰਡੇ ਮੇਰੇ ਨਾਲ ਮੋਢਾ ਲਾ ਕੇ ਖੜੇ ਸਿਗੇ ਬਟ ਇਨੀ ਗੱਲ ਜ਼ਰੂਰ ਆ ਵੀ ਰੈਲੀ ਦੇ ਵਿੱਚ ਨਾ ਅੱਜ ਤੁਸੀਂ ਜਿਹੜੇ ਤੁਹਾਡੇ ਵਿਰੋਧੀ ਧਿਰ ਦੇ ਲੋਕ ਨੇ ਜਿਹੜੇ ਵਿਰੋਧੀ ਤੁਹਾਡੇ ਨੇ ਉਹਨਾਂ ਨੂੰ ਜ਼ਰੂਰ ਫਿਕਰ ਪਾ ਦੇਣਾ ਵੀ ਲੈ ਭਾਈ ਮੁੰਡਾ ਲੱਗਦਾ ਹੁਣ ਮੋਰਚਾ ਮਾਰ ਜਾਣਾ ਕਿਵੇਂ ਲੱਗ ਰਿਹਾ ਵੀ ਤੁਹਾਡੇ ਪਹਿਲੀ ਕੱਲ ਤਾਂ ਮੈਂ ਤੁਹਾਡੇ ਕੰਮਾਂ ਦੇ ਬਾਰੇ ਗੱਲ ਕਰੀਏ ਜੀ ਜੀ ਮੈਨੂੰ ਲੋੜ ਨਹੀਂ ਹੈ ਕਿ ਤੁਹਾਨੂੰ ਦੱਸਣ ਲੋਕਾਂ ਨੂੰ ਦੱਸਿਓ ਵੀ ਤੁਸੀਂ ਕੀ ਕੀ ਕੰਮ ਕਰ ਰਹੇ ਹੋ ਤੁਹਾਡੇ ਲਗਾ ਲਗਾਤਾਰ ਤੁਹਾਡੇ ਕੰਮ ਸਾਹਮਣੇ ਆ ਹੀ ਰਹੇ ਨੇ ਲੋਕਾਂ ਦੇ ਪਰ ਅਜੇ ਤੱਕ ਵੀ ਕਿਦੋਂ ਲੱਗਦਾ ਕਿਤੇ ਵੀ ਲੋਕ ਹੁਣ ਜਾਗਰੂਕ ਹੋ ਚੁੱਕੇ ਨੇ ਲੋਕ ਉਹਨਾਂ ਦੀ ਸੋਚ ਬਦਲ ਚੁੱਕੀ ਹੈ ਜੀ ਦੇਖੋ ਪਹਿਲਾਂ ਤਾਂ ਮੈਂ ਇਸ ਚੀਜ਼ ਨੂੰ ਜਿਹੜੀ ਆਪਣੀ ਰੈਲੀ ਵਿਛਾ ਲਿਆ ਇਹ ਜਿਹੜੇ ਯਾਰ ਦੋਸਤ ਜਿਹੜੇ ਫਰੈਂਡ ਆਏ ਇਹ ਉਹੀ ਸਰਕਲ ਸਿਗਾ ਹੈ ਨਾ ਸਾਰਾ ਆਪਣਾ ਨਾਲ ਸਿਗੇ ਯੂਥ ਦੇ ਮੁੰਡੇ ਔਰ ਜਿਹੜੀ ਰਹੀ ਕੰਮਾਂ ਦੀ ਗੱਲ ਹੁਣ ਆਪਾਂ ਵਿਰੋਧੀ ਧਰਾਂ ਨੂੰ ਜ਼ਰੂਰ ਫਿਕਰ ਪਏਗੀ ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਪਰ ਆਪਾਂ ਕੰਮ ਕਰਨਾ ਸ਼ਹਿਰ ਲਈ ਵਾਰਡ ਲਈ ਹੈ ਨਾ ਵਾਰਡ ਇੱਕ ਤੁਹਾਨੂੰ ਅੱਗੇ ਵੀ ਆਪਾਂ ਗੱਲਾਂ ਕਰਦੇ ਆ ਕਿ ਵਾਰਡ ਇੱਕ ਜ਼ਰੀਆ ਆ ਆਪਣੀ ਮਿਊਨਿਸਪੈਲਟੀ ਦੀ ਜਾਣ ਲਈ ਸ਼ਹਿਰ ਸਾਰਾ ਹੀ ਆਪਣਾ ਆ ਮੈਂ ਵਿਰੋਧੀਧਰਨਾ ਇਹ ਗੱਲ ਕਰਨੀ ਚਾਹੁੰਦਾ ਆ ਕਿ ਦੇਖੋ ਅਸੀਂ ਆਪਣੇ ਸ਼ਹਿਰ ਵਿੱਚ ਬਹੁਤ ਸਾਰੇ ਕੰਮ ਕੀਤੇ ਆ ਪਰ ਮੈਂ ਇਹ ਗੱਲ ਨਾਲ ਜ਼ਰੂਰ ਕਹੂੰਗਾ ਅਸੀਂ ਪਿਛਲੇ 10 ਦਿਨਾਂ ਤੋਂ ਵੀ ਕੰਪੇਨਿੰਗ ਦੇ ਨਾਂ ਨਾਲ ਵੀ ਨੋਟ ਕਰ ਰਹੇ ਕਿਹੜੇ ਕੰਮ ਸਾਡੇ ਵਾਰਡ 'ਚ ਹੋਣ ਵਾਲੇ ਆ ਉਹਨਾਂ ਨੂੰ ਅਸੀਂ ਪੈਂਡਿੰਗ ਨਹੀਂ ਪਾ ਰਹੇ ਨਾਂ ਨਾਲ ਕਰਵਾ ਰਹੇ ਆ ਸਾਡੇ ਵਾਰਡ ਵਿੱਚ ਗੰਦ ਬਹੁਤ ਜ਼ਿਆਦਾ ਸੀ ਤਿੰਨ ਚਾਰ ਖੋਲੇ ਜਿਹੜੇ ਕਿ ਅਸੀਂ ਤੁਰੰਤ ਨਾਲ ਹੀ ਸਾਫ਼ ਕਰਾਇਆ ਅਸੀਂ ਇਹ ਨਹੀਂ ਸੋਚਿਆ ਕਿ ਪਹਿਲਾਂ ਅਸੀਂ ਜਿੱਤਾਂਗੇ ਫਿਰ ਇਹ ਨਾਲ ਧਿਆਨ ਦੇਵਾਂਗੇ ਨਹੀਂ ਹਾਰ ਜਿੱਤੇ ਇੱਕ ਅਲੱਗ ਚੀਜ਼ ਆ ਸ਼ਹਿਰ ਦੀ ਸਫਾਈ ਨਾਲ ਦੀ ਨਾਲ ਅਸੀਂ ਉਦੋਂ ਹੀ ਫੋਨ ਕਰਕੇ ਦੇਖੋ ਇੱਕ ਜੀ ਆਪਣਾ ਹੁਣ ਐਮਸੀ ਦਾ ਕੰਮ ਕੀ ਆ ਵੈਸੇ ਦਾ ਕੰਮ ਕਰਨਾ ਆ ਮਿਊਂਸਿਪੈਲਟੀ ਨੇ ਤੁਸੀਂ ਸਿਰਫ ਜਿਹੜੀ ਤੁਹਾਡੇ ਬੰਦਿਆਂ ਦੀਆਂ ਡਿਊਟੀਆਂ ਲੱਗੀਆਂ ਜਿਨ੍ਹਾਂ ਨੇ ਕੂੜਾ ਕਚਰਾ ਚੱਕਣਾ ਤੁਸੀਂ ਉਹਨਾਂ ਨੂੰ ਕਾਲ ਹੀ ਕਰਨੀ ਆ ਕਿ ਭਾਈ ਫਲਾਨੀ ਥਾਂ ਕਚਰਾ ਪਿਆ ਤੁਸੀਂ ਚੱਕਿਓ ਜੇ ਆਪਾਂ ਇੰਨਾ ਕੰਮ ਵੀ ਨਹੀਂ ਕਰ ਸਕਦੇ ਫਿਰ ਤਾਂ ਸਾਡੇ ਤੇ ਮੈਂ ਕਹਿੰਦਾ ਲੱਖ ਲਾਹਣਦੇ ਹਾਂ ਹਨਾ ਅਸੀਂ ਵੀ ਉਹੀ ਕੰਮ ਕੀਤਾ ਅਸੀਂ ਸਿਰਫ ਕਾਲ ਕੀਤੀ ਆ ਉਹ ਬੰਦੇ ਆਏ ਆ ਟਰਾਲੀ ਲੈ ਕੇ ਕੂੜਾ ਚਾਕੇ ਲੈ ਗਏ ਹਨਾ ਇਹਦੇ ਵਿੱਚ ਕੋਈ ਟਾਈਮ ਨਹੀਂ ਲੱਗਦਾ ਇਹ ਬਾਕੀ ਵੀ ਕੈਂਡੀਡੇਟ ਕਰ ਸਕਦੇ ਆ ਇਹਦਾ ਇਹ ਨਹੀਂ ਮਤਲਬ ਕਿ ਅਸੀਂ ਦਿਖਾਵੇ ਲਈ ਕਰ ਰਹੇ ਆ ਇਦਾਂ ਦਾ ਕੁਝ ਨਹੀਂ ਅਸੀਂ ਦੱਸਣਾ ਚਾਹੁੰਦੇ ਆਂ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਸਾਨੂੰ ਇਹ ਉਡੀਕਣਾ ਨਹੀਂ ਚਾਹੀਦਾ ਕਿ ਅਸੀਂ ਜਿੱਤੀਏ ਫੇਰ ਕੰਮ ਕਰਾਂਗੇ ਇਹ ਚੀਜ਼ ਨਹੀਂ ਉਡੀਕਣੀ ਚਾਹੀਦੀ ਅਸੀਂ ਕੰਮ ਕਰੀਏ ਲੋਕਾਂ ਨੇ ਆ ਵੀ ਜਦਾ ਦੇਣਾ ਲੋਕੀ ਇੱਥੇ ਦਾ ਕਹਿ ਰਹੇ ਆ ਕਿ ਭਾਈ ਸਾਹਿਬ ਤੁਸੀਂ ਘਰੇ ਬੈਠੋ ਤੁਹਾਡੀ ਕੰਪਨੀ ਦੀ ਵੈਸੇ ਹੀ ਪੰਜਾ ਦਸ ਸਾਲਾਂ ਤੋਂ ਹੋਈ ਹੋਈ ਆ ਕੁਝ ਲੋਕ ਇਹ ਵੀ ਕਹਿ ਰਹੇ ਆ ਵੀ ਇਹ ਸਿਰਫ ਇੱਕ ਪਬਲਿਸਿਟੀ ਸਟੰਡ ਆ ਇਹ ਹੁਣ ਹੁਣ ਹੀ ਆ ਸਿਰਫ ਸਵਾਈਆਂ ਸਪੂਈਆਂ ਹੋ ਰਹੀਆਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਦੇਖੋ ਜਿਹੜੇ ਪਿਛਲੇ ਈ ਬੱਲੇ ਬੱਲੇ ਖੱਟਣੀ ਸੀਗੀ ਜਾਂ ਉਦੋਂ ਅਸੀਂ ਕਿਹੜੇ ਇਲੈਕਸ਼ਨ ਅਨਾਉਂਸ ਕੀਤੇ ਹੋਏ ਸੀਗੇ ਵੀ ਜਿਹੜਾ ਅਸੀਂ ਚਲੋ ਮੈਂ ਇਹ ਕਹਿ ਦਿੰਨਾ ਵੀ ਅਸੀਂ ਅਗਲਾ ਇਲੈਕਸ਼ਨ ਜਿੱਤਣਾ ਹੈ ਮੰ ਲਓ ਮੈਂ ਇਸਕ ਦੀ ਨਹੀਂ ਗੱਲ ਕਰ ਰਿਹਾ ਅਗਲਾ ਇਲੈਕਸ਼ਨ ਜਤਨਾ ਮੈਂ ਉਹਦੇ ਲਈ ਕੰਮ ਕਰ ਰਿਹਾ ਕੀ ਮੈਨੂੰ ਲੋਕ ਵੋਟ ਨਹੀਂ ਪਾਉਣਗੇ ਪਾਉਣਗੇ ਜਿਹੜਾ ਬੰਦਾ ਕਹੇਗਾ ਯਾਰ ਹਾਂ ਇਸ ਬੰਦੇ ਨੇ 5 ਸਾਲ ਕੰਮ ਕੀਤਾ ਹੈ ਹਨਾ ਉਹਦਾ ਤਾਂ ਹੱਕ ਬਣਦਾ ਹੀ ਆ ਅਸੀਂ ਤਾਂ ਇਸ ਚੀਜ਼ ਨੂੰ ਸੋਚਿਆ ਹੀ ਨਹੀਂ ਸੀ ਕਦੀ ਵੀ ਕਿ ਇਲੈਕਸ਼ਨ 'ਚ ਆਉਣਾ ਹੈ ਜਾਂ ਕਦੀ ਵੀ ਅੱਜ ਵੀ ਸ਼ਹਿਰ ਵਾਸੀਆਂ ਨੂੰ ਪਤਾ ਹੈ ਮੇਰੇ ਵਾਰਡ ਵਾਲਿਆਂ ਨੂੰ ਪਤਾ ਹੈ ਕਿ ਇਹ ਬੰਦੇ ਨੂੰ ਤਾਂ ਅਸੀਂ ਕਦੀ ਸੋਚਿਆ ਹੀ ਨਹੀਂ ਸੀ ਕਿ ਇਲੈਕਸ਼ਨ 'ਚ ਖੜੇਗਾ ਪਰ ਜਿਹੜਾ ਮਾਹੌਲ ਆ ਵਾਤਾਵਰਣ ਆ ਕੁਝ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਇਹ ਸਟੈਪ ਚੁੱਕਣੇ ਪੈਂਦੇ ਆ ਪਹਿਲੇ ਸਟੈਪ ਨੂੰ ਚੁੱਕਣਾ ਪੈਂਦਾ ਹੈ ਸ਼ੁਰੂਆਤ ਆ ਤੁਹਾਨੂੰ ਲੱਗਦਾ ਕਿਤੇ ਵੀ ਤੁਹਾਡੇ ਸਾਹਮਣੇ ਕਾਫੀ ਪ੍ਰੋਬਲਮਾਂ ਵੀ ਸਾਹਮਣੇ ਆਉਣਗੀਆਂ ਕਿਉਂਕਿ ਇੱਕ ਪਾਸੇ ਸ਼ਰਾਬ ਦੀ ਬੋਤਲ ਇੱਕ ਪਾਸੇ ਨੋਟਾਂ ਦਾ ਛੋਟਾ ਜਿਹਾ ਭਾਵੇਂ ਛੋਟੇ ਰੋਵੇ ਕੁਝ ਵੀ ਛੜਕੀ ਹੋਵੇ ਉਹ ਦੀਵਾਰ ਤੁਹਾਡੇ ਸਾਹਮਣੇ ਤੁਹਾਡੀ ਵੋਟਰਾਂ ਦੇ ਸਾਹਮਣੇ ਕਿਤਨਾ ਕਿਤੇ ਬਣ ਕੇ ਜ਼ਰੂਰ ਖੜਾ ਹੋਊਗਾ ਤੇ ਕਿਤੇ ਵਿਕਾਸ ਪਲੱਸ ਵਿਕਾਸ ਪਲੱਸ ਸ਼ਰਾਬ ਦੀ ਬੋਤਲ ਕਿਉਂਕਿ ਐਕਸਟੈਂਪਲ ਵੋਟਰਾਂ ਨੂੰ ਸਿਰਫ ਇਹ ਲੱਗਦਾ ਵੀ ਮੈਂਨਟਲੀ ਐਕਸਟੈਂਪਲ ਬੋਤਲ ਚੰਗੀ ਆ ਨਾ ਕਿ ਵਿਕਾਸ ਚੰਗਾ ਵਿਕਾਸ ਦਾ ਹੁੰਦੇ ਰਹਿਣਾ ਛੱਡੋ ਪਰੇ ਕੋਈ ਦਿੱਕਤ ਨਹੀਂ ਲੱਗਦਾ ਲੋਕ ਅਵੇਅਰ ਹੋਏ ਨੇ ਦੇਖੋ ਮੈਂ ਅਸੀਂ ਡ ਲੋਕਾਂ ਦਾ ਇੰਨਾ ਕੁ ਪਿਆਰ ਮਿਲਦਾ ਹਨ ਕਿ ਅਸੀਂ ਇਸ ਚੀਜ਼ ਨੂੰ ਲੋਕਾਂ 'ਚ ਮਤਲਬ ਕਿੱਦਾਂ ਦਸੀਏ ਜਾਂ ਕਿੱਦਾਂ ਬਿਆਨ ਕਰੀਏ ਸਾਡੇ ਤੋਂ ਲਫ਼ਜ਼ ਨਹੀਂ ਹੈਗੇ ਹਰ ਇੱਕ ਬੰਦਾ ਪਲਕਾਂ ਦੀਆਂ ਛਾਵਾਂ ਦੇ ਰਿਹਾ ਬਿਠਾ ਰਿਹਾ ਸਾਨੂੰ ਆਪ ਉੱਠ ਰਿਹਾ ਸਾਨੂੰ ਬਿਠਾ ਰਿਹਾ ਵੀ ਬੈਠੋ ਤੁਸੀਂ ਕਿਉਂਕਿ ਉਹਨਾਂ ਨੂੰ ਇਹ ਨਹੀਂ ਦੱਸਣਾ ਪੈਂਦਾ ਕਿ ਅਸੀਂ ਕੀ ਕੀਤਾ ਉਹ ਆਪ ਦੱਸਣ ਲੱਗ ਪੈਂਦੇ ਕਿ ਹਾਂਜੀ ਜੀ ਇਹ ਤਾਂ ਤੁਸੀਂ ਕੰਮ ਪਹਿਲਾਂ ਹੀ ਬਹੁਤ ਕੀਤੇ ਹੋਏ ਆ ਮੈਂ ਇਹ ਕਹਿੰਨਾ ਲੋਕਾਂ ਨੇ ਸ਼ਾਇਦ ਮੇਰਾ ਚਿਹਰਾ ਨਮਾ ਆ ਮੈਂ ਤਾਂ ਕੋਈ ਇਰਾਦਾ ਨਹੀਂ ਸੀ ਇਹਦੇ ਵਿੱਚ ਆਉਣ ਦਾ ਪਰ ਫਿਰ ਵੀ ਜਿੱਦਣ ਮੇਰਾ ਨਾਮ ਅਨਾਊਂਸ ਹੋਇਆ ਸੀ ਉਦੋਂ ਤੋਂ ਹੀ ਕੰਮ ਸ਼ੁਰੂ ਕਰਤੇ ਕਿ ਇਹ ਨਾ ਹੋਵੇ ਕਿ ਸਾਡੇ ਤੋਂ 10 ਦਿਨ ਦਾ ਤਾਂ ਕੁਝ ਕੀਤਾ ਹੋਵੇ ਮੈਨੂੰ ਲੋਕੀ ਸਵਾਲ ਕਰ ਲੈਣਗੇ ਭਾਈ ਛਾਲੋ ਛੱਡ ਦਿਓ ਤੁਸੀਂ ਪਿਛਲੇ ਟਾਈਮ ਨੂੰ ਹੁਣ ਦੱਸੋ 10 ਦਿਨਾਂ 'ਚ ਕੀ ਕੀਤਾ ਮੇਤੋਂ ਕੁਝ ਤਾਂ ਹੋਵੇ ਉਹਨਾਂ ਨੂੰ ਦੱਸਣ ਲਈ ਹਣਾ ਇਸ ਚੀਜ਼ ਲਈ ਅਸੀਂ ਤਾਂ ਕੰਮ ਉਸ ਦਿਨ ਤੋਂ ਸ਼ੁਰੂ ਕਰਤਾ ਆ ਜਾਂ ਪਹਿਲਾਂ ਹੀ ਕੀਤੇ ਹੋਏ ਸੀਗੇ ਕਿ ਉਹਨੂੰ بس ਸਿਰਫ ਵਧਾ ਰਹੇ ਹਾਂ ਹੁਣ ਕੀ ਹੁੰਦਾ ਜਿਹੜਾ ਮਾਹੌਲ ਆ ਉਹ ਵੋਟਾਂ ਦਾ ਹਰ ਕੋਈ ਮੀਡੀਆ ਉਹਨੂੰ ਕਵਰ ਕਰਨਾ ਚਾਹੁੰਦਾ ਹਣਾ ਹੁਣ ਆਪਾਂ ਕੋਈ ਸਵਾਲ ਕਰਦੇ ਮੈਂ ਤਾਂ ਜਵਾਬ ਦਊਗਾ ਲੋਕਾਂ ਨੂੰ ਲੱਗਣਾ ਹੀ ਆ ਪਬਲਿਸਿਟੀ ਸਟੰਟ ਆ ਮੈਂ ਕਹਿੰਦਾ ਪਬਲਿਸਿਟੀ ਸਟੰਟ ਵੀ ਆ ਇਹ ਵੀ ਮੰਨ ਲੈਣੇ ਆ ਸਫਾਈ ਤਾਂ ਹੋ ਰਹੀ ਆ ਨਾ ਜੇ ਪਬਲਿਸਿਟੀ ਸਟੰਟ ਦੇ ਨਾਲ ਸਫਾਈ ਹੋ ਰਹੀ ਆ ਭੱਲਾ ਦਾ ਕੰਮ ਹੀ ਰਿਹਾ ਸ਼ਹਿਰ ਦਾ ਤੇ ਜਿਹੜੇ ਬੋਲ ਰਹੇ ਆ ਜਾਂ ਕੋਈ ਕਹਿ ਰਹੇ ਹੋਗੇ ਉਹਨਾਂ ਨੂੰ ਪਰੇਸ਼ਾਨੀ ਹੋਣੀ ਆ ਉਹ ਜਿਹੜੇ ਕਰਦੇ ਨਹੀਂ ਉਹਨਾਂ ਨੇ ਕੁਝ ਨਾ ਕੋਈ ਬੋਲਣਾ। ਪੂਰਬਲ ਦੀ ਕਾਫੀ ਇੱਕ ਵੱਡੀ ਸੰਸਥਾ ਆ ਜਿਹੜੀ ਕਿ ਤੁਹਾਡੇ ਜਿਹੜੇ ਵਿਰੋਧੀ ਖੜੇ ਆ ਉਹਨਾਂ ਨੂੰ ਪੱਖ ਦੇ ਰਹੀ ਆ ਵੀ ਹਾਂ ਵੀ ਅਸੀਂ ਇਹਨਾਂ ਨੂੰ ਸਪੋਰਟ ਦੇ ਰਹੇ ਨੇ ਦਿੰਦੇ ਆ ਪਰ ਕਿਤਨਾ ਕਿਤੇ ਇੱਕ ਮੈਨੂੰ ਇੱਕ ਚੀਜ਼ ਲੱਗਦੀ ਆ ਐਜ਼ ਅ ਹਿਊਮਨ ਬੀਨ ਐਜ਼ ਅ ਮੈਨੂੰ ਵੋਟਰ ਲੱਗ ਰਹੀ ਆ ਵੀ ਸਾਨੂੰ ਸਪੋਰਟ ਉਸ ਬੰਦੇ ਦੀ ਕਰਨੀ ਚਾਹੀਦੀ ਆ ਜਿਹੜਾ ਬੰਦਾ ਰਿਐਲਿਟੀ ਵਾਸਤੇ ਖੜਾ ਆ ਜਿਹੜਾ ਸਾਡੇ ਕੰਮਾਂ ਵਾਸਤੇ ਖੜਾ ਆ ਅਸੀਂ ਜਿਹਦੇ ਮਰਜ਼ੇ ਮਗਰ ਸਪੋਰਟ ਨਹੀਂ ਦੇ ਸਕਦੇ ਜੇ ਅਸੀਂ ਕਿਸੇ ਚੰਗੇ ਬੰਦੇ ਦੇ ਪਿੱਛੇ ਸਪੋਰਟ ਕਰਾਂਗੇ ਤਾਂ ਹੀ ਉਹ ਸਾਨੂੰ ਜੱਜ ਰੋਗੀ ਜੇ ਅਸੀਂ ਕ ਗ੍ਰੀਨ ਆ ਦੇਖੋ ਇਹਦਾ ਹਨਾ ਇੱਕ ਜਿਹੜਾ ਪ੍ਰਭਾਵ ਹੈ ਨਾ ਲੋਕੀ ਆਪਾਂ ਭਵੇਂ ਜਿਹੜਾ ਤੁਸੀਂ ਕਿਹਾ ਧੜਾ ਇੱਕ ਥੋੜਾ ਬਟਿਆ ਹੋਇਆ ਜ਼ਰੂਰ ਆ ਪਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵੋਟਰ ਹੈ ਨਾ ਜਿਹੜਾ ਉਹ ਬਹੁਤ ਸਮਝਦਾਰ ਹੋ ਚੁੱਕਾ ਹੈ ਉਹਦਾ ਕਾਰਨ ਹੈ ਕਿ ਉਹਨਾਂ ਨੇ ਪਿਛਲੇ 5 ਸਾਲਾਂ ਤੋਂ ਵਿਕਾਸ ਦੇਖ ਲਿਆ ਹੈ ਕਿੰਨਾ ਹੋਇਆ ਹੈ ਸ਼ਹਿਰ ਸਾਡਾ ਅੱਗੇ ਵਧਣ ਦੀ ਬਜਾਏ ਪਿੱਛੇ ਚਲਾ ਗਿਆ ਮੈਂ ਇਹ ਨਹੀਂ ਕਹੂੰਗਾ ਕਿ ਰੁਕ ਗਿਆ ਪਿੱਛੇ ਚਲਾ ਗਿਆ ਹਨਾ ਉਹ ਲੋਕਾਂ ਨੇ ਚੀਜ਼ਾਂ ਨੋਟ ਕੀਤੀਆਂ ਹੋਈਆਂ ਆਲਰੇਡੀ ਵੀ ਇਹ ਜਿਹੜਾ ਕੀ ਹੈ ਨਾ ਆਪਾਂ ਇੱਕ ਧੜੇ ਨੂੰ ਜਿਤਾ ਕੇ ਬੇਵਕੂਫੀ ਕਰ ਰਹੇ ਆ ਅਸੀਂ ਚੋਣੇ ਜਿਹੜੇ ਦੇਖੋ ਵੋਟ ਕੁਝ ਵੀ ਹੋਵੇ ਬਾਕੀ ਦੀਆਂ ਵੋਟਾਂ ਤਾਂ ਸ਼ਹਿਰ ਵਾਸੀਆਂ ਨਹੀਂ ਪਾਉਣੀਆਂ ਵਾਰਡ ਵਾਸੀਆਂ ਨਹੀਂ ਪਾਉਣੀਆਂ ਫੈਸਲਾ ਉਹਨਾਂ ਦੇ ਆਧਾਰ ਤੇ ਹੋਣਾ ਹੈ ਹਨਾ ਇਹ ਇੱਕ ਝੂਠਾ ਪ੍ਰਚਾਰ ਜਿਆ ਕੀਤਾ ਜਾਂਦਾ ਹੈ ਕਿ ਉਹ ਬੰਦੇ ਨੂੰ ਉਹਦੀ ਸਪੋਰਟ ਆ ਉਹ ਔਰ ਬੰਦੇ ਨੇ ਜਿੱਤਣਾ ਆ ਇਹ ਇੱਕ ਸਿਰਫ ਇੱਕ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕੀ ਘਬਰਾ ਕੇ ਉਹਦਾ ਸਾਥ ਦੇ ਦੇਣ ਕਿ ਯਾਰ ਬੰਦੇ ਨੇ ਜਿੱਤਣਾ ਤਾਂ ਹੋਣਾ ਹੀ ਆ ਮੈਂ ਵੀ ਉਹਨੂੰ ਵੋਟ ਪਾ ਦੰਨਾ ਇਹ ਕਿੱਥੇ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਉਹਦੀ ਕਿੰਨੀ ਵੋਟ ਆ ਕਿੰਨੀ ਪੈਣੀ ਆ ਕਿੰਨੀ ਨਹੀਂ ਇਹ ਤਾਂ ਕੁਝ ਵੀ ਨਹੀਂ ਪਤਾ ਹਣਾ ਜੇ ਸਾਰਾ ਵਾਰਡ ਜਾਂ ਸਾਰੇ ਜਿਹੜੇ ਚੰਗੇ ਲੋਕ ਆ ਏਕਾ ਕਰ ਲੈਣ ਇਦਾਂ ਹੋ ਹੀ ਨਹੀਂ ਸਕਦਾ ਕਿ ਝੂਠ ਦੀ ਜਿੱਤ ਹੋ ਜਾਵੇ ਜਾਂ ਕਿਸੇ ਇੱਕ ਧੜੇ ਦੀ ਜਿੱਤ ਹੋ ਜਾਵੇ ਜਿੱਤ ਸਿਰਫ ਸੱਚਾਈ ਦੀ ਹੋਣੀ ਆ ਸਿਰਫ ਸੱਚਾਈ ਦੀ ਇਹ ਤੈਅ ਆ ਇਹ ਕਿཅੂ ਹੋਰ ਵੀ ਹੁੰਦੇ ਨਾ ਜਦੋਂ ਕੈਂਡੀਡੇਟ ਜਿੱਤ ਜਾਂਦਾ ਜਿੱਤਣ ਤੋਂ ਬਾਅਦ ਇਹ ਵਿੱਚ ਇਹ ਦੇਖ ਲੈਂਦਾ ਵੀ ਹਾਂ ਵੀ ਆਸ ਬੰਦੇ ਨੇ ਸਾਨੂੰ ਵੋਟ ਪਾਈ ਐ ਇਹਨੇ ਨਹੀਂ ਪਾਈ ਹਾਂ ਵੀ ਸੌਰੀ ਬੰਦੇਰਾ ਕੰਮ ਨਹੀਂ ਕਰਦਾ ਕਿਤੇ ਇਤ ਨਹੀਂ ਹੋਊਗਾ ਦੇਖੋ ਇਹ ਚੀਜ਼ ਕਿ ਸਾਡਾ ਮੇਨ ਮਕਸਦ ਕੰਮ ਕਰਨਾ ਇਹ ਆ ਵੀ ਕਹਿੰਦੇ ਨਾ ਅਸੀਂ ਜਦੋਂ ਕੋਈ ਵੀ ਭੰਡਾ ਮਾਰਕੀਟ ਚੋਂ ਲੈ ਕੇ ਜਾਂਦੇ ਉਹਨੂੰ ਟਲਕਾ ਕੇ ਜ਼ਰੂਰ ਦੇਖਦੇ ਹਾਂ ਉਹ ਕੱਚਾ ਕਿ ਪੱਕਾ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਤੁਹਾਨੂੰ ਦੇਖ ਲਈਏ ਵੀ ਸਾਡਾ ਭੰਡਾ ਕੱਚਾ ਕਿ ਪੱਕਾ ਆ ਕਿਉਂਕਿ ਕੱਲ ਨੂੰ ਲੋਕ ਸਾਨੂੰ ਸਵਾਲ ਕਰਨਗੇ ਵੀ ਤੁਸੀਂ ਕਿਸ ਬੰਦੇ ਦੀ ਸਪੋਰਟ ਕਰ ਰਹੇ ਸੀ ਦੇਖੋ ਇਹਦੇ ਵਿੱਚ ਨਾ ਮੈਂ ਇੱਕ ਸ਼ਹਿਰ ਦੀ ਮਾਇਨਾਜ਼ ਹਸਤੀ ਆ ਔਰ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਇਹ ਕੌਣ ਆ ਜੇ ਇਹਨਾਂ ਨੇ ਲਫ਼ਜ਼ ਕਹੇ ਹੋਏ ਆ ਮੈਨੂੰ ਥਾਪੀ ਦਿੱਤੀ ਹੋਈ ਆ ਤੇ ਇਹ ਲਫ਼ਜ਼ ਝੂਠੇ ਨਹੀਂ ਹੈਗੇ ਤੇ ਉਹਨਾਂ ਨੇ ਸੋਚ ਵਿਚਾਰ ਕੇ ਹੀ ਦਿੱਤੀ ਹੋਈ ਆ ਔਰ ਜਿੰਨੇ ਵੀ ਮੇਰੇ ਸਰਕਲ ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀ ਇਹ ਮੈਨੂੰ ਗੱਲ ਦੱਸਣ ਦੀ ਲੋੜ ਨਹੀਂ ਕਿ ਮੇਰੀ ਛਵੀ ਕਿਦਾਂ ਦੀ ਆ ਔਰ ਰਹੀ ਗੱਲ ਜਿਹੜੇ ਕੰਮ ਬਾਅਦ ਚ ਕੀਤੇ ਜਾਣਗੇ ਜਾਂ ਉਹਨਾਂ ਤੋਂ ਭੱਜਾਂਗੇ ਨਹੀਂ ਇਹ ਤਾਂ ਮੈਂ ਵਾਅਦਾ ਕਰ ਸਕਦਾ ਹੈਨਾ ਔਰ ਇਸੇ ਆਪਾਂ ਚੈਨਲ ਤੇ ਤੁਹਾਡੇ ਤੇ ਦੁਬਾਰਾ ਕਦੀ ਵੀ ਮਹੀਨੇ ਬਾਅਦ 2 ਮਹੀਨੇ ਬਾਅਦ ਸਾਲ ਬਾਅਦ ਤਿੰਨਾ ਬਾਅਦ ਪੰਜਾਂ ਬਾਅਦ ਇਦਾਂ ਹੀ ਇੰਟਰਵਿਊ ਕਰਿਓ ਔਰ ਲੋਕਾਂ ਨੂੰ ਆਪਣੇ ਆਪ ਉਹਨਾਂ ਦਾ ਜਵਾਬ ਮਿਲ ਜਾਏਗਾ ਦੇਖੋ ਮੈਂ ਆਪਣੇ ਵਾਰਡ 'ਚ ਝੂਠ ਬੋਲ ਸਕਦਾ ਪਬਲੀਕਲੀ ਇੰਨੇ 'ਚ ਨਹੀਂ ਝੂਠ ਬੋਲ ਸਕਦਾ ਮੈਂ ਚੈਨਲ ਤੇ ਕਹਿ ਰਿਹਾ ਇਹ ਗੱਲ ਤੁਸੀਂ ਮੇਰੀ ਰਿਕਾਰਡ ਕਰ ਲਓ ਇਹ ਗੱਲ ਔਰ ਮੈਂ ਵਾਰਡ 'ਚ ਨਜ਼ਰ ਆਉਂਦਾ ਰਹਾਗਾ ਇਹ ਨਹੀਂ ਕਿ ਅਸੀਂ ਵੋਟਾਂ ਲੈਣ ਜਾਣੀਆਂ ਤਾਂ ਨਜ਼ਰ ਆਉਂਦੇ ਪਏ ਆ ਇਦਾਂ ਨਹੀਂ ਇਹ ਬਾਅਦ 'ਚ ਵੀ ਸਿਲਸਿਲਾ ਚੱਲਦਾ ਰਹੇਗਾ ਮੈਂ ਇਹ ਜ਼ਰੂਰ ਕਹਿਣਾ ਮੇਰਾ ਪਹਿਲਾ ਸਟੈਪ ਆ ਕੋਸ਼ਿਸ਼ ਹੈ ਇੱਕ ਪਰ ਮੇਰੇ ਪਾਪਾ ਦਾ ਨਹੀਂ ਪਹਿਲਾ ਸਟੈਪ ਹੈਗਾ ਹਨਾ ਜਿਨ੍ਹਾਂ ਨੇ ਮੈਨੂੰ ਥਾਪੀ ਦਿੱਤੀ ਆ ਕੋ ਸੋ ਸਮਝ ਕੇ ਦਿੱਤੀ ਆ ਉਹਨਾਂ ਨੇ ਮੇਚ ਕੁਝ ਦੇਖਿਆ ਹੋਇਆ ਮੈਂ ਹੁਣ ਆਪਣੇ ਮੂੰਹ ਮੀਆਂ ਮੀਠੂ ਬਣੀ ਜਾਵਾਂ ਉਹ ਵਾਲੀ ਚੰਗੀ ਗੱਲ ਨਹੀਂ ਹੈਗੀ ਸਮਝਦੇ ਨਾ ਤੁਸੀਂ ਦੂਰਬੈਲ ਦੇ ਵਿੱਚ ਇੱਕ ਹੀ ਇਨਸਾਨ ਇਦਾਂ ਦਾ ਜਿਹੜਾ ਉੜਦੇ ਤੀਰ ਨੂੰ ਹੱਥ ਪਾਉਂਦਾ ਆ ਉਹ ਹੈਗਾ ਅਸ਼ੋਕ ਸੰਧੂ ਤੇ ਆ ਹੁਣ ਇਹਨਾਂ ਨੇ ਗੱਲ ਕਰ ਲਈ ਸੰਧੂ ਸਾਹਿਬ ਗੱਲ ਰਾਈਟ ਹੈ ਨਾ ਵੀ ਤੁਸੀਂ ਉੜਦੇ ਤੀਰ ਹੀ ਜ਼ਿਆਦਾ ਫੜਦੇ ਹੋ ਤੁਸੀਂ ਜੋ ਕਹਿੰਦੇ ਆ ਤੁਹਾਡਾ ਕਿ ਬਿਲਕੁਲ ਸਹੀ ਆ ਜੀ ਅਸੀਂ ਜਿੱਥੇ ਦੁੱਖ ਹੁੰਦਾ ਅਸੀਂ ਉੱਥੇ ਖੜਦੇ ਆ ਜਿੱਥੇ ਮੁਸੀਬਤ ਆ ਅਸੀਂ ਉੱਥੇ ਖੜਦੇ ਆਂ ਤੇ ਜਦੋਂ ਅਸੀਂ ਖੜ ਜਾਂਦੇ ਆਂ ਮੁਸੀਬਤਾਂ ਵੀ ਫੁਰਰੋ ਕੇ ਹੋ ਜਾਂਦੀਆਂ ਤੇ ਦੁੱਖ ਵੀ ਫੁਰਰੋ ਹੋ ਜਾਂਦੇ ਜੀ ਹੁਣ ਕਿੰਨਾ ਕੁ ਲੱਗਦਾ ਵੀ ਹੁਣ ਜਿਹੜੇ ਲੋਕ ਨੇ ਤੁਹਾਡਾ ਅੱਜ ਸਾਥ ਦੇਣਗੇ ਤੁਹਾਨੂੰ 13 ਤਰੀਕ ਨੂੰ ਜੋ 14 ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਉਹਦਾ ਤੁਹਾਨੂੰ ਫਤਵਾ ਤੁਹਾਡੇ ਸਿਰ ਤੇ ਮਰਦਨਗੇ ਵੀ ਹਾਂ ਵੀ ਲਓ ਤੁਸੀਂ ਜਿੱਤ ਕੇ ਹੁਣ ਅੱਗੇ ਪਹੁੰਚ ਰਹੇ ਹੋ ਕਿੰਨਾ ਕੁ ਲੱਗ ਕਿੰਨੀ ਕੁ ਉਮੀਦ ਲੱਗੀ ਤੁਹਾਨੂੰ ਤਨਦਾਬਾ ਸਾਹਿਬ ਗੱਲਾਂ ਵੀ ਮੇਰੀ ਦੀ ਨਾ ਉਮਰ 55 ਸਾਲ ਦੀ ਹੋ ਗਈ ਆ ਔਰ ਇਹ ਮੇਰਾ ਇਲੈਕਸ਼ਨ ਦਾ ਜਿਹੜਾ ਕੰਮ ਆ ਇਹ ਪਹਿਲਾ ਆ ਜੀ ਮੈਂ ਪਹਿਲਾਂ ਤੁਹਾਨੂੰ ਬੇਨਤੀ ਕੀਤੀ ਸੀ ਵੀ ਸਾਡੀ ਲਾਈਨ ਹੀ ਹੈ ਪਰ ਮਜਬੂਰੀਆਂ ਉਹ ਜੀਆਂ ਬਣ ਗਈਆਂ ਕਿ ਸਾਨੂੰ ਇਸ ਲੈਨ ਚੋਂਣਾ ਪੈ ਗਿਆ ਉਹ ਮਜਬੂਰੀਆਂ ਦੇ ਨਾਲ ਨਾਲ ਇਹ ਜਿਹੜੀ ਇੱਕ ਨਾ ਪੀੜਾ ਸੀ ਸ਼ਹਿਰ ਦੀ ਉਹ ਬਹੁਤ ਵੱਡੀ ਸੀ ਜਦੋਂ ਵੀ ਨਗਰ ਕੌਂਸਲ ਦੀ ਗੱਲ ਚਲਦੀ ਆ ਤਾਂ ਪ੍ਰਸ਼ਾਸਨ ਮੁਰੇ ਦੀ ਦਾ ਟੁੱਟੀਆਂ ਹੋਈਆਂ ਨਾਲੀਆਂ ਮੁਰੇ ਦੀਆਂ ਸੀਵਰੇਜ ਦੀ ਸਮੱਸਿਆ ਦੇਦੀ ਆ ਲਾਈਟਾਂ ਦੀ ਸਮੱਸਿਆ ਦੇਦੀ ਆ ਸਕੂਲ ਅਧੂਰਾ ਦਿਸਦਾ ਹਸਪਤਾਲ ਅਧੂਰਾ ਦਿਸਦਾ ਇਹ ਕਿਉਂ ਦਿਸਦੇ ਆ ਪੈਸੇ ਤਾਂ ਪਬਲਿਕ ਦੇ ਆ ਠੀਕ ਹੈ ਜੇ ਪਬਲਿਕ ਦੇ ਪੈਸੇ ਬੜੀ ਮਹਤਵ ਦੇ ਹੈਗੇ ਅੱਜ ਨਗਰ ਕੌਂਸਲ ਦੇ ਕੋ ਆ ਗਏ ਜਾਂ ਪੰਜਾਬ ਸਰਕਾਰ ਦੇ ਥਰੂ ਆ ਗਏ ਜਾਂ ਹਿੰਦੁਸਤਾਨ ਦੀ ਗਵਰਨਮੈਂਟ ਦੇ ਥਰੂ ਆ ਗਏ ਤਾਂ ਨੂਰਮਤ ਲੱਗਦੇ ਕਿਉਂ ਨਹੀਂ ਔਰ ਮੈਂ ਇਹ ਗੱਲ ਮਤਲਬ ਹੰਕਾਰ ਨਾ ਨਹੀਂ ਬੜੇ ਮਾਨ ਦੇ ਨਾਲ ਮਹਾਦੇਵ ਈਸ਼ਵਰ ਨੂੰ ਧਿਆ ਕੇ ਕਹਿੰਦਾ ਵੀ ਜੇ ਅਸੀਂ ਨਗਰ ਨਗਰ ਕੌਂਸਲ ਚ ਆਏ ਕਿਸੇ ਨਾ ਤਾਂ ਪੈਸਾ ਖਾਵਾਂਗੇ ਤੇ ਨਾ ਖਾਣ ਦਵਾਂਗੇ ਤੇ ਜਦੋਂ ਇਹ ਚੀਜ਼ਾਂ ਤੋਂ ਵੀ ਜੋ ਮਾਇਨੇਸ ਹੋ ਗਈਆਂ ਤੇ ਜਿਹੜਾ ਸ਼ਹਿਰ ਦਾ ਵਿਕਾਸ ਆ ਉਹ ਯਕੀਨੀ ਹੈ ਰੇਗਾ ਤੁਸੀਂ ਤੁਹਾਨੂੰ ਜੋ ਗੁਰਵਿੰਦਰ ਸੁਗਲ ਜੀ ਨੇ ਗੱਲ ਦੱਸੀ ਆ ਮੇਰੇ ਜਵਾਈ ਸਾਹਿਬ ਨੇ ਉਹ ਤੁਹਾਨੂੰ ਬੇਕਦਰ ਦਰਸਤ ਗੱਲ ਦੱਸੀ ਆ ਵੀ ਜਦੋਂ ਵੀ ਅਸੀਂ ਕਿਸੇ ਦੇ ਵੀ ਘਰ ਗਏ ਆ ਸੱਚੀ ਮੁੱਚੀ ਮੈਨੂੰ ਮੇਰੇ 55 ਸਾਲ ਦੀ ਉਮਰ 'ਚ ਇੰਨਾ ਆਨੰਦ ਨਹੀਂ ਆਇਆ ਜਿਨ੍ਹਾਂ ਨਕਿਆਂ ਲੋਕਾਂ ਨੇ ਲੋਕ ਵੀ ਕਹਿਣਾ ਨਹੀਂ ਪਤਾ ਰੱਬ ਵਰਗੇ ਉਹ ਲੋਕ ਹੈਗੇ ਆ ਜਿਨ੍ਹਾਂ ਨੇ ਪਿਆਰ ਦਿੱਤਾ ਉਹ ਪਤਾ ਨਹੀਂ ਮੈਨੂੰ ਕਿ ਕਿਸ ਸ਼ੁਭ ਮਰੂਪ ਵਿੱਚ ਦਿਖਦੇ ਆ ਤੇ ਆਪਣੇ ਮੂੰਹੋਂ ਗੱਲ ਕਹਿ ਨਹੀਂ ਉਹ ਨਾ ਕਿ ਸ਼ੁਭ ਨਹੀਂ ਆਣੀ ਹੈਗੀ ਬਹੁਤ ਸਤਿਕਾਰ ਦਿੰਦੇ ਆ ਸ਼ਬਦਾਂ ਵਿੱਚ ਬਿਆਰ ਕਰਨਾ ਬਹੁਤ ਔਖਾ ਈਵਨ ਮੈਂ ਕਿ ਤੁਹਾਨੂੰ ਛੋਟੀ ਐਗਜ਼ਾਮਪਲ ਦਊਂਗਾ ਕੱਲ ਅਸੀਂ ਐਸਸੀ ਭਾਈਚਾਰੇ ਵਿੱਚ ਗਏ ਔਰ ਮਤਲਬ ਜੇ ਆਮ ਤੌਰ ਤੇ ਗੱਲ ਹੁੰਦੀ ਆ ਵੀ ਉਹ ਸ਼ਰਮ ਮੰਗਦੇ ਆ ਜਾਂ ਕੋਈ ਲਾਲਚ ਚ ਆ ਜਾਂਦੇ ਆ ਤਾਂ ਉਹਨਾਂ ਨੇ ਸਾਨੂੰ ਇੱਕ ਇੱਕ ਗੱਲ ਬੜੀ ਮਜ਼ੇਦਾਰ ਸੀ ਉਹ ਕਹਿੰਦੇ ਵੀ ਅਸੀਂ ਜਦੋਂ ਪਤਾ ਲੱਗਿਆ ਤੁਸੀਂ ਆ ਰਹੇ ਆ ਅਸੀਂ ਆਪਣੇ ਘਰ ਦੀ ਜੇ ਚਦਰ ਆ ਉਹਨੂੰ ਨਕੀਆ ਨਮੀ ਲਿਆ ਕੇ ਵਿਛਾਈ ਵੀ ਅਸ਼ੋਕ ਸੰਧੂ ਬਾ ਰਹੇ ਆ ਠੀਕ ਹੈ ਜੀ ਔਰ ਮੇਰੀ ਅੱਖਾਂ 'ਚ ਅਸ਼ਰੂ ਨਹੀਂ ਆਏ ਔਰ ਬਾਕੀ ਮੈਂ ਸਾਰਾ ਨਕੀਆ ਮੇਰਾ ਤਨ ਮਨ ਸਿਗਾ ਇਹ ਗੱਲੋਂ ਕੰਬ ਗਿਆ ਵੀ ਯਾਰ ਮੈਂ ਇਦਾਂ ਦਾ ਕੋਈ ਕੰਮ ਤਾਂ ਕੀਤਾ ਹੀ ਕੋਈ ਨਹੀਂ ਵੀ ਜਿਹੜਾ ਇਹ ਲੋਕ ਮੇਰੀ ਇੰਨੀ ਸਹਾਇਤਾ ਕਰਦੇ ਪਏ ਐਂਦਾ ਮੈਨੂੰ ਸਲੋਂਦੇ ਪਏ ਹੈਗੇ ਆ ਫਿਰ ਉਹਨਾਂ ਦੱਸੀ ਗੱਲ ਕਹਿੰਦੇ ਸੰਧੂ ਸਾਹਿਬ ਵੀ ਇੱਕ ਬੰਦਾ ਭਾਵੇਂ ਸਾਡੇ ਮੁਰੇ ਲੱਖ ਰੁਪਈਆ ਰੱਖਦੇਵੇ ਅਈ ਚੱਕੇ ਨਾ ਵਿੱਚੇ ਬੰਦਾ ਦੇ ਵਿੱਚ ਉਹਦਾ ਲੱਖ ਰੁਪਈਆ ਚੱਕੇ ਪਰੇ ਮਾਰਾਂਗੇ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਪਾਣੀ ਦੀ ਸਹੀ ਸ਼ਕਲ ਕੀ ਹੁੰਦੀ ਆ ਅਸੀਂ ਉਹ ਨਹੀਂ ਦੇਖੀ ਜੋ ਅਸੀਂ ਤੁਹਾਨੂੰ ਫੋਨ ਕੀਤਾ ਤੁਸੀਂ ਤਾਂ ਕਿ ਆ ਮੌਕੇ ਤੇ ਆਏ ਔਰ ਇੱਕ ਹਫਤੇ ਦੇ ਅੰਦਰ ਅੰਦਰ ਇਹੋ ਜਿਹਾ ਕਰਤਬ ਕਰਕੇ ਦਿਖਾ ਦਿੱਤਾ ਵੀ ਅੱਜ ਪਰ ਜਾਂ ਸ਼ਵਸ਼ ਪਾਣੀ ਆ ਉਹ ਸਾਡੇ ਘਰਾਂ ਚ ਆ ਰਿਹਾ ਔਰ ਬਿਨਾਂ ਫਿਲਟਰ ਤੋਂ ਅਸੀਂ ਅੱਜ ਉਹ ਪਾਣੀ ਪੀਂਦੇ ਪਏ ਆ ਔਰ ਮੈਂ ਛੋਟੀ ਗੱਲ ਰੁਕੂਗਾ ਮੈਂ ਆਪਣੇ ਨੂਰਮੈਨ ਵਾਸੀਆਂ ਨੂੰ ਇਹ ਗੱਲ ਬੇਨਤੀ ਕਰਨੀ ਚਾਹੁੰਦਾ ਆ ਵੀ ਅਸੀਂ ਕਿਸੇ ਤੇ ਜੇ ਅਸੀਂ ਹਸਪਤਾਲ ਡਾਕਟਰ ਲੈ ਕੇ ਆਂਦੇ ਜਾਂ ਕੋਈ ਪੁਲਿਸ ਦਾ ਕੰਮ ਕਰਦੇ ਆ ਜਾਂ ਕੋਈ ਟੋਏ ਆ ਉੱਚ ਖੋਦੀਆਂ ਉੱਚੀਆਂ ਨੀਮੀਆਂ ਇਹ ਜੋ ਵੀ ਅਸੀਂ ਕੀਤਾ ਇਹ ਅਸੀਂ ਬਿਨਾਂ ਕਿਸੇ ਇਹ ਭਾਵਨਾ ਦੇ ਕੀਤਾ ਬਿਨਾਂ ਕਿ ਆ ਵੀ ਅਸੀਂ ਇਲੈਕਸ਼ਨ ਚ ਆਉਣਾ ਨਹੀਂ ਹੋਣਾ ਇਦਾਂ ਸਾਡੀ ਕੋਈ ਮੰਨਸ਼ਾ ਨਹੀਂ ਸੀ ਬਿਲਕੁਲ ਇਹ ਸਮਝ ਕੇ ਬਸ ਹੀ ਨੂਲ ਮੈਂ ਨਿਵਾਸੀਆਂ ਸੇਵਾ ਕਰਨੀਆਂ ਇਹ ਸੋਚ ਕੇ ਕੀਤਾ ਇਲੈਕਸ਼ਨ ਚ ਜਿੱਤ ਹਾਰ ਉਹ ਸਿਰਾ ਦਾਤੇ ਨੇ ਬਣਿਆ ਹੋਇਆ ਇਹਦਾ ਪਤਾ ਲੱਗਣਾ 17 ਤੀਨ ਨੂੰ ਵੀ ਕਿਹਦੇ ਨਕੀਆ ਨਕੀ ਅਸੀਂ ਰਾ ਬਜਨਾ ਦੇ ਕਿਹਦਾ ਉਤਰਨਾ ਕਿਨੇ ਜਿੱਤਣਾ ਤੇ ਕਿਨੇ ਹਾਰਨਾ ਪਰ ਅਸੀਂ ਲੋਕਾਂ ਨਾਲ ਵਾਅਦਾ ਕਰਦੇ ਹਾਂ ਜੇ ਤੁਸੀਂ ਜਿਤਾਤਾ ਪੇਤਾ ਸਾਡਾ ਮਤਲਬ ਇੱਕ ਫਰਜ਼ੀ ਬਣ ਗਿਆ ਨਾ ਵੀ ਦਿਨ ਰਾਤ 24 ਘੰਟੇ ਅਸੀਂ ਜਿਹੜੇ ਕੰਮ ਹੈ ਕਰਨੇ ਕੰਨ ਆ ਜੇ ਫੇ ਵੀ ਮਤਲਬ ਕਿਤੇ ਕਿਸੇ ਪਾਸੇ ਕੋਈ ਸਾਡੇ ਕਮੀ ਰਹਿ ਗਈ ਤੇ ਜਿਹੜੇ ਸਾਡੇ ਕੰਮ ਹੈਗੇ ਆ ਸਮਾਜ ਸੇਵਾ ਦੇ ਉਹ ਅਸੀਂ ਕਰੀ ਜਾਂਦੇ ਆ ਤੇ ਕਰਦੇ ਰਹਾਂਗੇ ਹੁਣ ਇਲੈਕਸ਼ਨ ਆ ਗਿਆ ਹੈਗਾ ਆਪਣੇ ਕਿ ਬੋਟਾਂ ਦਾ ਇਹ ਤੋਂ ਬਾਅਦ ਨਾ ਕਿ ਅਮਨਾ ਯਾਤਰਾ ਇਲੈਕਸ਼ਨ ਸ਼ੁਰੂ ਹੋ ਜਾਣਾ ਅਸੀਂ ਉਹ ਵੀ ਤਾਂ ਗੱਜ-ਵੱਜ ਕੇ ਨਾ ਕੀ ਆ ਸੰਗਤਾਂ ਨੂੰ ਦਰਬਾਰ ਤੇ ਲੈ ਕੇ ਜਾਣਾ ਇਹ ਬਸ ਉਹ ਕਹਿੰਦਾ ਬਾਬੇ ਕੰਮ ਚੱਲਦੇ ਰਹੇ ਨੇ ਜੀ ਸੰਸਦ ਲੱਗਦਾ ਅੱਜ ਦੀ ਰੈਲੀ ਦੇਖ ਕੇ ਨੂਰ ਮਿਲਦੀ ਮੈਡੀਕਲਾਂ ਦੀ ਸੇਲ ਵੱਜਣੀ ਅੱਜ ਓਬਵੀਸਲੀ 4 ਦਿਨ ਤਾਂ ਉਹਨਾਂ ਨੂੰ ਦਵਾਈਆਂ ਲੈਣੀਆਂ ਪੈਣੀਆਂ ਵੀ ਯਾਰ ਏਡੀ ਡੀਲ ਦੇਖ ਕੇ ਲੱਗਦਾ ਯਾਰ ਵਾਕੇ ਵੀ ਯਾਰ ਵਾਕੇ ਜੱਜਣਾ ਯਾਰ ਕਿਤੇ ਬੀਪੀ ਘਟ ਗਿਆ ਕਿਤੇ ਵਧ ਗਿਆ ਤੇ ਦਵਾਈਆਂ ਦੇ ਲੋੜ ਤਾਂ ਪਊਗੀ ਉਹਨੂੰ ਸਾਰੇ ਬੀਪੀ ਜਿਹੜਾ ਵਧਣਾ ਘਟਣਾ ਤੁਹਾਡੀ ਤੁਸੀਂ ਜੋ ਨੋਟਿੰਗ ਕੀਤੀ ਹੈ ਬਿਲਕੁਲ ਦਸਤਿਆ ਮੈਂ ਜਿਹੜੇ ਸਾਡੇ ਵਿਰੋਧੀ ਖੜੇ ਆ ਕੈਂਡੀਡੇਟ ਉਮੀਦਵਾਰ ਜਿਹੜੇ ਆਪੇ ਆਪ ਨੂੰ ਬਹੁਤ ਸੱਚੇ ਸੂਰਮੇ ਕਹੋਂਦੇ ਆ ਇੱਕੋ ਸਵਾਲ ਉਹਨਾਂ ਮੇਰਾ ਇੱਕੋ ਹੀ ਸਵਾਲ ਪੂਰੇ ਨੂਰਮਹਿ ਨਿਵਾਸੀਆਂ ਨੂੰ ਇੱਕੋ ਸਵਾਲ ਆ ਮੇਰਾ ਵੀ ਉਹਨਾਂ ਪੁੱਛੋ ਵੀ ਤੁਸੀਂ ਨਕੀ ਬੀਤੇ 3 ਮਹੀਨੇ 'ਚ ਕੀ ਕੀਤਾ ਉਹ ਤਾਂ ਜੇ ਪਿਛਲੇ 1 ਸਾਲ ਦੀ ਗੱਲ ਦੱਸੋ ਤੁਸੀਂ ਕੀ ਕੀਤਾ ਨਹੀਂ ਵੈਸੇ 3 ਮਹੀਨੇ ਛੱਡੋ ਤਾਂ 5 ਸਾਲਾਂ ਇਨੀ ਕੁਝ ਕੀਤਾ 3 ਸਾਲ 3 ਮਹੀਨੇ ਦਾ ਕੀ ਦਿਖਾ ਦੋਗੇ ਅੱਗੇ ਆਣਾ ਜੀ ਕਿਉਂਕਿ ਕਈ ਮੈਂ ਦੇਖਿਆ ਜਦੋਂ ਜਿਹੜੇ ਕੰਪਨੀ ਕਿਤੇ ਜਾਂਦੇ ਹਨ ਨਾ ਉਹ ਕਹਿੰਦੇ ਸਰ ਨਵੇਂ ਆ ਪਰ ਜੇ ਤੁਸੀਂ ਉਹਨਾਂ ਦਾ ਇਤਿਹਾਸ ਫੋਲਕ ਦੇਖੋ ਉਹ ਉਸ ਪਰਵਾਨਾ ਬਿਲੋਂਗ ਕਰਦੇ ਆ ਜਨੇ ਦੇ 25 ਸਾਲ ਨੂਰਮੈਲ ਦੇ ਉੱਪਰ ਰਾਜ ਕੀਤਾ ਮੈਂ ਵੀ ਉਸੇ ਪਰਿਵਾਰ ਦੇ ਵਿੱਚੋਂ ਆ ਤੇ ਉਹਨਾਂ ਦਾ ਫਰਜ਼ ਬੰਦਾ ਸੀਗਾ ਜੇ ਮਤਲਬ ਕਿਸੇ ਕਾਰਨ ਕਰਕੇ ਅੱਜ ਤੀਸਰਾ ਸੰਧੂ ਇਸ ਸੰਸਾਦ ਦੇ ਵਿੱਚ ਨਹੀਂ ਰਹੇ ਤਾਂ ਉਹਨਾਂ ਦੇ 6-6 ਫੁੱਟ ਉੱਚੇ ਲੰਬੇ ਉਹਨਾਂ ਦੇ ਪੁੱਤਰ ਆ ਉਹਨਾਂ ਦੇ ਕਦ ਕਾਠ ਆ ਪਰ ਮੈਨੂੰ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਆ ਵੀ ਉਹਨਾਂ ਨੇ 6 ਕਦਮ ਲੋਕਾਂ ਦੀ ਸਹਾਇਤਾ ਵਾਸਤੇ ਨਹੀਂ ਬਧਾਈ ਜੇ ਕੋਈ ਬਧਾਇਆ ਹੋਵੇ ਜੇ ਕੋਈ ਇੱਕ ਵੀ ਕੰਮ ਕੀਤਾ ਹੋਵੇ ਤਾਂ ਉਹ ਪਬਲਿਕ ਮੋਰੇ ਲੱਗਦੇ ਵੀ ਅਸੀਂ ਸਾਰੇ ਨੂਰਮੈਲ ਦੇ ਵਿੱਚ ਪੋਸਟਰ ਲਗਾ ਦਿੱਤੇ ਆ ਇਹ ਸਰਕੇ ਲਾਇਆ ਵੀ ਹਜੇ ਵੀ ਬਹੁਤ سارے ਲੋਕ ਹੋਣਗੇ ਜਿਹਨਾਂ ਨੂੰ ਸਾਡੇ ਕੰਮਾਂ ਦੀ ਕਨੋਲਿਜ ਨਹੀਂ ਹੋਊਗੀ ਤੇ ਹੁਣ ਜਦੋਂ ਅਸੀਂ ਕੱਲ ਪੋਸਟਰ ਲਾਉਂਦੇ ਸੀਗੇ ਲਾਉਂਦੇ ਦੁਬਾਰਾ ਪਰ ਲੋਕੀ ਖੜ ਖੜੇ ਪੜਦੇ ਸੀ ਵੀ ਇਹਨਾਂ ਬੰਦੇ ਨੇ ਕੀਤਾ ਕੀ ਆ ਬਈ ਇਹਨੂੰ ਇਹਦਾ ਇਹਦਾ ਮਨਸ਼ਾ ਕੀ ਆ ਸਾਰੇ ਜਿਹੜੇ ਕੰਮ ਕੀਤੇ ਅਸੀਂ ਉਹ ਮਤਲਬ ਇਹ ਨਹੀਂ ਹੈਗਾ ਵੀ 1 ਸਾਲ ਹੋ ਗਿਆ 2 ਸਾਲ ਹੋ ਗਏ 3 ਸਾਲ ਹੋ ਗਏ ਨਕੀ ਇੱਕ ਕਟੋੜ 5 ਸਾਲ ਸਾਲ ਦਾ ਸਾਰੀ ਪੂਰੀ ਸਰਗਰਮੀ ਆ ਜਦੋਂ ਜਿੱਦਾਂ ਜਿੱਦਾਂ ਦੁੱਖ ਵਧੀ ਜਾਂਦੇ ਆ ਅਸੀਂ ਤਿਉਹ ਤੋਂ ਨਕੀ ਅੱਗੇ ਆ ਜਾਂਦੇ ਇਹ ਮੇਰੀ ਤੁਹਾਨੂੰ ਪਤਨੀ ਬੀਬੀਤਾ ਸੰਧੂ ਖੜੀ ਆ ਸਾਡੇ ਇੰਟਰਨੈਸ਼ਨਲ ਡਿਸਟ੍ਰਿਕਟ 321 ਡੀ ਦੇ ਗਵਰਨਰ ਸਾਹਿਬ ਨੇ ਇਹਨਾਂ ਲਾਇਨਸ ਕਲੱਬ ਤੋਂ ਇੱਕ 10 ਸਾਲਾਂ 10 ਸਾਲਾਂ ਸੇਵਾਵਾਂ ਮਾ ਸੰਪੂਰਨ ਹੁੰਦਾ ਸਨਮਾਨ ਵਿਸ਼ੇਸ਼ ਤੌਰ ਤੇ ਦਿੱਤਾ ਉਹ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਦੇ ਥਰੂ ਜਿਹੜਾ ਆਇਆ ਮੈਂ ਕਿ ਜਿਹੜੀ ਸਾਡੀ ਸਟੋਰੀ ਹੈਗੀ ਆ ਉਹ ਇਹ ਸ਼ਿਰਸ਼ੇ ਦਿਖਾ ਤਾ ਹੋਣ ਵਾਲੀ ਨਹੀਂ ਬਹੁਤ ਲੰਬਾ ਸਮਾ ਹੋ ਗਿਆ ਜੇ ਅਸੀਂ ਬਿਆਹ ਦੀ ਆਪਣੀ 30 ਸਾਲਾਂ ਅਨਿਵਰਸਰੀ ਮ ਰਹੀ ਆ ਉਹਦੇ ਜੇ ਅਸੀਂ ਹੋਰ ਵੀ ਭੰਗੜੇ ਬੁੰਗੜੇ ਪਾ ਸਕਦੇ ਸੀ ਪਰ ਅਸੀਂ ਉਸ ਸੇ ਨਵਸਿਰੇ ਨੂੰ ਵੀ 30 ਸਾਲਾਂ ਨੂੰ ਅਸੀਂ ਲੋਕਾਂ ਦੇ ਸਮਾਜ ਸੇਵਾ ਕਰਕੇ ਆਉਣਾ ਅੱਖਾਂ ਦਾ ਕੈਂਪ ਲਾਇਆ ਬਹੁਤ ਸਾਰੇ ਮੇਰੀ ਮਾਤਾਮਾ ਚਾਹੇ ਉਹ ਚੰਗੇ ਘਰਾਂ ਦੀਆਂ ਸੀ ਚਾਹੇ ਉਹ ਗਰੀਬ ਘਰਾਂ ਦੇ ਸੀਗੀਆਂ ਅਸੀਂ ਉਹਨਾਂ ਦੇ ਅੱਖਾਂ ਦੇ ਵਿੱਚ ਲੈਂਝ ਪਾਏ ਨਿਸਵਾਸ ਸਿਵਾ ਭਾਵਨਾ ਦੇ ਨਾਲ ਭਾਵਨਾ ਦੇ ਨਾਲ ਔਰ ਡਾਕਟਰ ਵੀ ਉਹ ਬੁਲਾਏ ਜਿਹੜੇ ਕਦੀ ਨੂਰ ਮੈਡੀ ਨਹੀਂ ਆਏ ਸੀਐਮਸੀ ਤੋਂ ਟੀਮ ਸੱਦੀ ਅਸੀਂ ਕਿ ਆਓ ਸਾਡੇ ਜਿਹੜੇ ਮਤਲਬ ਇਲਾਕੇ ਦੇ ਲੋਕ ਹੈਗੇ ਆ ਜਿਨ੍ਹਾਂ ਦੇ ਅੱਖਾਂ 'ਚ ਦਰਦ ਹੈਗਾ ਕਟੋਵਾਟ ਹੈ ਸੀ ਉਹਦਾ ਦੂਰ ਕਰ ਸਕੇ ਮੈਂ ਇੱਕ ਆਪਣੇ ਮੋਹ ਮੈਂ ਕਹਾਂ ਜੀ ਮੇਰੇ ਸ਼ੋਭ ਨੇ ਨਹੀਂ ਹੈਗਾ ਪਰ ਤੁਸੀਂ ਗੱਲ ਪੁੱਛ ਲਈ ਆ ਤੇ ਮੈਨੂੰ ਤੁਹਾਨੂੰ ਦੱਸਣਾ ਮੇਰਾ ਫਰਜ਼ ਬੰਦਾ ਜੀ ਜੀ ਸਰ ਤੁਹਾਡਾ ਤੇ ਬਹੁਤ ਬਹੁਤ ਗੁਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਦੇਖਦੇ ਆ ਜੀ ਬਹੁਤ ਇੰਟਰਸਟਿੰਗ ਸਮਾ ਹੋਏਗਾ ਦੇਖਣਾ ਵੀ ਇੱਕ ਪਾਸੇ ਧਰਮ ਇੱਕ ਪਾਸੇ ਨੋਟ ਇੱਕ ਪਾਸੇ ਸ਼ਰਾਬ ਤੇ ਇੱਕ ਪਾਸੇ ਵਿਕਾਸ ਦੀ ਗੱਲ ਕਰਨ ਵਾਲੇ ਸਾਡੇ ਨੌਜਵਾਨੋ ਵੀ ਉਮੀਦਵਾਰ ਨੇ ਤੇ ਦੇਖਦੇ ਆਂ ਕਿ ਇਸ ਟਾਈਮ ਵੋਟਰ ਜਿਹੜੇ ਆ ਕਿਹਦਾ ਸਾਥ ਦਿੰਦੇ ਆ ਹੁਣ ਅਸੀਂ ਗੱਲ ਕਰਦੇ ਆਂ ਜੀ ਵਾਰਡ ਨੰਬਰ 12 ਤੋਂ ਬਬੀਤਾ ਸੰਧੂ ਜੀ ਨਾਲ ਤੇ ਉਹਨਾਂ ਦੇ ਕੋਲੋਂ ਜਾਣਦੇ ਆਂ ਵੀ ਹੁਣ ਤੱਕ ਦਾ ਜਿਹੜਾ ਸਫਰ ਸੀ ਹੁਣ ਤੱਕ ਦਾ ਜਿਹੜਾ ਇਹਨਾਂ ਦਾ ਕੈਂਪੇਨਿੰਗ ਰਹੀ ਆ ਤੇ ਪੂਰੇ ਨੂਰ ਮੈਲ ਦੇ ਵਿੱਚ ਕੀ ਖੁਸ਼ ਖਾਸ ਦੇਖਿਆ ਤੇ ਕੀ ਕੁਝ ਇਹਨਾਂ ਨੂੰ ਲੱਗਿਆ ਵੀ ਵਾਕੇ ਕੁਝ ਸਹੀ ਆ ਜਾਂ ਗਲਤ ਆ ਮੈਮ ਸਤਿਕਾਰ ਸਤਿਕਾਰ ਜੀ ਮੈਮ ਪਹਿਲਾਂ ਤਾਂ ਮੈਨੂੰ ਦੱਸੋ ਵੀ ਨੂਰ ਮੈਲ ਦੇ ਵਿੱਚ ਤੁਹਾਡੀ ਕੈਂਪੇਨਿੰਗ ਕਿਵੇਂ ਦੇਖ ਲਈ ਆ ਜੀ ਠੀਕ ਹੈ ਜੀ ਬੜੇ ਜ਼ਬਰਦਸਤ ਕੰਪੇਨਿੰਗ ਹੋਈ ਆ ਲੋਕਾਂ ਨੇ ਮੈਂ ਦੱਸਦਾ ਕਿ ਇਹ ਵੀ ਗੱਲ ਕੀਤੀ ਆ ਵੀ ਲੋਕਾਂ ਨੂੰ ਦਵਾਈਆਂ ਦੀ ਲੋੜ ਪੈ ਜਾਣੀ ਆ ਜੀ ਹੁਣ ਤੇ ਤੁਸੀਂ ਕੀ ਕਹੋਗੇ ਅ ਦੇਖੋ ਜੀ ਜਦੋਂ ਆਪਾਂ ਕੰਪੇਨਿੰਗ ਕਰਨ ਗਏ ਆ ਹਰ ਇੱਕ ਮਹੱਲੇ ਚ ਗਏ ਆ ਕੁਝ ਮਹੱਲੇ ਜਿੱਦਾਂ ਸੀਗੇ ਜਿੱਨਾ ਤੇ ਇੰਟਰਲੌਕ ਪੇ ਹੋਈ ਆ ਪਰ ਇੰਟਰਲੌਕ ਉਹਨਾਂ ਨੇ ਪੂਰਾ ਮਟੀਰੀਅਲ ਪਾ ਕੇ ਨਹੀਂ ਤਿਆਰ ਕੀਤੀ ਜਾਨਕੀ ਖੜ 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 বাজ ਦਿਆ ਤੇ ਨੂਰਮੈਲ ਦੇ ਵਿਕਾਸ ਕਾਰਜ ਤੁਸੀਂ ਕਿੱਥੇ ਤੱਕ ਮੰਨਦੇ ਹੋ ਵੀ ਕਿੰਨੇ 100 ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੋਗੇ ਨੂਰਮੈਲ ਦੇ ਵਿਕਾਸ ਕਾਰਜਾਂ ਨੂੰ ਐਜ਼ ਅ ਕੈਂਡੀਡੇਟ ਜਿਹੜੇ ਪਹਿਲਾਂ ਹੋ ਚੁੱਕੇ ਆ ਜੀ ਇੱਕ ਵੀ ਪਰਸੈਂਟ ਨਹੀਂ ਜੀ ਮੈਡਮ 1% ਵੀ ਨਹੀਂ ਨੂਰਮੈਲ ਦੇ ਵਿੱਚ ਪੁਰਾਣੇ ਜਿਹੜੇ ਅੱਜ ਜਿੰਨੇ ਵੀ ਐਮਸੀ ਸੀਗੇ ਜਿੰਨੇ ਵੀ ਪ੍ਰਧਾਨ ਸਾਫ ਸੀ ਉਹ ਤਾਂ ਕਿਹਦੇ ਨੂਰਮੈਲ ਅਸੀਂ ਚਮਕਾਤਾ ਪਰ ਪਤਾ ਲੱਗਾ ਚਮਕਿਆ ਕਿੱਥੋਂ ਆ ਇਹ ਤਾਂ ਤੁਸੀਂ ਵੀ ਤੁਹਾਨੂੰ ਦੇਖੋ ਵੀ ਕਿੱਥੋਂ ਚਮਕਿਆ ਤਾਂ ਸਾਨੂੰ ਤੁਸੀਂ ਕਹਿੰਦਾ ਵੀ 1% ਵੀ ਨਹੀਂ ਹੋਏ ਤੁਸੀਂ ਸਾਡੇ ਨਾਲ ਹੀ ਬਿਲਗਾ ਪਿੰਡ ਪੈਂਦਾ ਜੀ ਤੁਸੀਂ ਉੱਥੇ ਜਾ ਕੇ ਦੇਖੋ ਬਿਲਗੇ ਦੇ ਜਿਹੜੇ ਛੋਟੇ ਪਿੰਡਾਂ ਉਹਨਾਂ ਨੇ ਕਿਦਾਂ ਵਧੀਆ ਬਣਾ ਦਿੱਤੇ ਗਏ ਆ ਪਰ ਨੂਰਮੈਲ ਦੇ ਹੱਥ ਵੱਧ ਤੋਂ ਵੱਧਰ ਹੋ ਗਈ ਆ ਜੀ ਨਾਲੇ ਆਲੇ ਵਾਲੇ ਦੇਖੋ ਸਾਰੇ ਗੰਦ ਨਾਲ ਢੇਰ ਢੇਰ ਗੰਦੇ ਢੇਲ ਲੱਗੇ ਹੋਏ ਆ ਨਾਲੀਆਂ ਜਿੱਦਾਂ ਜੋ ਵੀ ਹੈਗਾ ਸੜਕਾਂ ਟੁੱਟੀਆਂ ਪਈਆਂ ਆ ਕਿਸੇ ਨੇ ਵੀ ਕੁਝ ਨਹੀਂ ਕੀਤਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਤੁਸੀਂ ਤੁਹਾਡੇ ਹਸਬੰਡ ਹੈ ਨਾ ਅਕਸ਼ੋਕ ਸੰਧੂ ਜੀ ਹੁਣੀ ਤੁਸੀਂ ਕਾਫੀ ਦੇਰ ਤੋਂ ਲੱਗੇ ਹੋਇਆ ਲੋਕਾਂ ਦੀ ਸੇਵਾ ਕਰਨ ਲਈ ਲੱਗਦਾ ਹੈ ਕਿ ਲੋਕ ਤੁਹਾਡਾ ਸਾਥ ਜ਼ਰੂਰ ਦੇਣਗੇ ਉਹਨਾਂ ਦਾ ਮੁੱਲ ਮੋੜਨਗੇ ਵੀ ਹਾਂ ਵੀ ਇੰਨੇ ਟਾਈਮ ਦਾ ਸਮੇਂ ਦਾ ਅਸੀਂ ਇਹਨਾਂ ਦਾ ਮੁੱਲ ਜ਼ਰੂਰ ਹੈ ਕਿ ਵੋਟ ਪਾ ਕੇ ਜ਼ਰੂਰ ਮੋੜੀਏ ਲੱਗਦਾ ਜੀ ਬਿਲਕੁਲ ਲੱਗਦਾ ਜੀ ਲੋਕ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੋ ਚੁੱਕੀ ਐਜੂਕੇਟਿਡ ਐ ਜੀ ਉਹ ਸੋਚਣਗੇ ਸਾਡੇ ਸ਼ਹਿਰ ਦਾ ਵਿਕਾਸ ਕਿਹਦੇ ਹੱਥਾਂ ਜਾਣਾ ਚਾਹੀਦਾ ਤੇ ਕਿਹਦੇ ਹੱਥਾਂ 'ਚ ਨਹੀਂ ਜਾਣਾ ਚਾਹੀਦਾ ਸੋ ਮੈਮ ਤੇ ਇਹਦੇ ਨਾਲ ਨਾਲ ਇੱਕ ਸਾਡੇ ਨਾਲ ਇੱਕ ਬੀਬੀ ਮੌਜੂਦ ਨੇ ਬਈ ਇਹna ਪੂਰੀ ਕੰਪੇਨਿੰਗ ਦੇ ਤੋਂ ਜਦੋਂ ਸ਼ੁਰੂ ਹੋਇਆ ਸੀਗਾ ਇਹਨਾਂ ਦੀ ਰੈਲੀ ਸ਼ੁਰੂ ਨਾਲ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਕਿਵੇਂ ਪਹਿਲਾਂ ਤਾਂ ਦੱਸੋ ਵੀ ਨੂਰਮੈਲ ਦੇ ਕਮਾਂਕਾਰਾਂ ਬਾਰੇ ਐਜ਼ੇ ਤੁਹਾਨੂੰ ਪੁੱਛਦੇ ਆ ਤੁਸੀਂ ਐਜ਼ੇ ਵੋਟਰਾਂ ਤੋਂ ਪੁੱਛ ਕਿੰਨੇ ਪਰਸੈਂਟ ਤੁਹਾਨੂੰ ਲੱਗਦਾ ਨੂਰਮੈਲ ਦਾ ਕੰਮ ਵਧੀਆ ਹੋ ਗਿਆ ਦੇਖੋ ਜੀ ਦੋ ਇੱਥੇ ਬਣ ਰਹੇ ਨੇ ਗਰੁੱਪ ਇੱਕ ਬਣ ਰਿਹਾ ਐ ਅਸ਼ੋਕ ਸੰਧੂ ਜੀ ਇੱਕ ਬਣ ਰਿਹਾ ਮਿਨਿਸਪਲ ਪਾਰਟੀ ਸਾਡੀ ਜਿਹੜੀ ਸਾਡੀ ਕਾਰਪੋਰੇਸ਼ਨ ਆਲਰੇਡੀ ਪਿਛਲੇ 5 ਸਾਲ ਵਰਕ ਕਰ ਰਹੀ ਸੀ ਜਿਹੜਾ ਉਹਨਾਂ ਨੇ ਵਰਕ ਕੀਤਾ ਉਹ ਵੀ ਤੁਸੀਂ ਦੇਖ ਰਹੇ ਹੋ ਤੇ ਜਿਹੜਾ ਸ਼ੋਕ ਸੰਧੂ ਜੀ ਨੇ ਕੰਮ ਕੀਤਾ ਉਹ ਵੀ ਤੁਸੀਂ ਦੇਖ ਰਹੇ ਹੋ ਕਿਤੇ ਕਿਤੇ ਇਦਾਂ ਵੀ ਹੋ ਜਾਂਦਾ ਨਾ ਵੀ ਜਿਹੜਾ ਬੰਦਾ ਕੰਮ ਕਰ ਰਿਹਾ ਆ ਉਹਨੂੰ ਕਹਿੰਦੇ ਇਹਨਾਂ ਦਾ ਕਰੀ ਜਾਣਾ ਚਾਹੀ ਜਤਾਈਏ ਚਾਹੀ ਨਾ ਜਤਾਈਏ ਠੀਕ ਆ ਪਰ ਜਿਹੜੇ ਉਹ ਕਹਿੰਦੇ ਵੀ ਜਿਹੜੇ ਯਾਰ ਕੰਮ ਕਰਨ ਵਾਲੇ ਨਹੀਂ ਹੈਗੇ ਉਹਨੂੰ ਜਿਤਾ ਦਿਓ ਜੀ ਸਾਰੇ ਮੇਰਾ ਤਾਇ ਦਾ ਮੁੰਡਾ ਲੱਗਦਾ ਮੇਰੇ ਮਾਸੀ ਦਾ ਮੁੰਡਾ ਲੱਗਦਾ ਵੀ ਚਾਚੇ ਦਾ ਮੁੰਡਾ ਇਹਨੂੰ ਵੋਟ ਤਾਂ ਪਾਉਣੀ ਆ ਇਹ ਤਾਂ ਫਿਰ ਇਦਾਂ ਹੋ ਗਿਆ ਜੀ ਸਾਡਾ ਪੜਿਆ ਲਿਖਿਆ ਦਾ ਕੋਈ ਫਾਇਦਾ ਨਹੀਂ ਹੋਇਆ ਜੇ ਅਸੀਂ ਚਾਚੇ ਤਾਇਆ ਨੂੰ ਜਿਤਾਣ ਲੱਪੇ ਆਪਣੇ ਨੂਰਮਹਿਲ ਨੂੰ ਜੇ ਅਸੀਂ ਸਵਾਰਾਂਗੇ ਨਾ ਤੇ ਸਾਡਾ ਨੂਰਮਹਿਲ ਵਾਸੀ ਕਹੌਣ ਦਾ ਕੋਈ ਫਰਕ ਨਹੀਂ ਪੈਂਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਇੱਥੇ ਦੇ ਕਹਿੰਨੇ ਆ ਜੀ ਸਾਡਾ ਨੂਰਮਹਿਲ ਆ ਸਾਡਾ ਨੂਰਮਹਿਲ ਤੁਸੀਂ ਇੱਥੇ ਦੇ ਵਸਿੰਦੇ ਨਹੀਂ ਹੋ ਫਿਰ ਜੇ ਤੁਸੀਂ ਇੱਥੇ ਦਾ ਭਲਾ ਨਹੀਂ ਕਰ ਸਕਦੇ ਇਹਨੂੰ ਸਵਾਰ ਨਹੀਂ ਸਕਦੇ ਇਹਨੂੰ ਅ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਫਿਰ ਤੁਹਾਡਾ ਫਾਇਦਾ ਨਹੀਂ ਤੁਸੀਂ ਨੂਰਮਹਿਲ ਨਾ ਕਹੋ ਕਿ ਦੂਰ ਪੈਲਦੇ ਅਸੀਂ ਬਸਨੀਕ ਆ ਅਸੀਂ ਇੱਥੇ ਦੇ ਜੰਮਪਾ ਲਿਆਂ ਅਸੀਂ ਇੱਥੇ ਜੰਮੇ ਪਲੇ ਆ ਇਹ ਬਹੁ ਉਹ ਲੋਕਰ ਇੱਕ ਨਾ ਕਹਾਵਤ ਹੁੰਦੀ ਆ ਉਹ ਲੋਕ ਕਹਿੰਦੇ ਕਿ ਸਾਨੂੰ ਕੀ ਕਿਸੇ ਦੇ ਘਰ ਚ ਪ੍ਰੋਬਲਮ ਹੋਈ ਆ ਸਾਨੂੰ ਕੀ ਪਰ ਉਹ ਉਹਨਾਂ ਚਰ ਉਹ ਉਹਨਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਉਹ ਪ੍ਰੋਬਲਮ ਉਹਨਾਂ ਦੇ ਘਰ ਚ ਆ ਕੇ ਦਿਖਦੀ ਆ ਹਾਂਜੀ ਸਾਨੂੰ ਹੈਗਾ ਆ ਜੀ ਜਦੋਂ ਕਿਸੇ ਦੇ ਘਰ ਕੋਈ ਪ੍ਰੋਬਲਮ ਆ ਸਾਨੂੰ ਉਹਦੇ ਨਾਲ ਹੈਗਾ ਵਾ ਅਸੀਂ ਅਗਲੇ ਦੇ ਦੁੱਖ ਤੇ ਸੁੱਖ ਤੇ ਕੋਈ ਵੀ ਪ੍ਰੋਬਲਮ ਹੁੰਦੀ ਆ ਬਬੀਤਾ ਦੀਦੀ ਅਸ਼ੋਕ ਸੰਧੂ ਜੀ ਗੁਰਵਿੰਦਰ ਉਹਨਾਂ ਦੀ ਫੈਮਿਲੀ ਅਸੀਂ ਸਾਰੇ ਉਹਨਾਂ ਦੇ ਦੁੱਖ ਸੁੱਖ ਤੇ ਖੜੇ ਆ ਸਾਨੂੰ ਇਦਾਂ ਨਹੀਂ ਅਸੀਂ ਨਹੀਂ ਕਹਿੰਦੇ ਜੀ ਸਾਨੂੰ ਕੀ ਸਾਨੂੰ ਹੈਗਾ ਆ ਸਾਨੂੰ ਉਹਨਾਂ ਦੇ ਨਾਲ ਪੂਰਾ ਹੈਗਾ ਸਹਿਯੋਗ ਵੀ ਅਸੀਂ ਦਵਾਂਗੇ ਉਹਨਾਂ ਨੂੰ ਵੀ ਦਵਾਂਗੇ ਉਹ ਵੀ ਸਾਨੂੰ ਪੂਰਾ ਸਹਿਯੋਗ ਦੇਣਗੇ ਲਗਦਾ ਕਿ ਸਰ ਜਿਹੜੇ ਜਿੰਨੇ ਵੋਟਰ ਨੇ ਆਰ ਕੇ ਦਾਰੂ ਦੀ ਬੋਤਲ ਨੂੰ ਠੋਕਰ ਮਾਰ ਦੇਣਗੇ ਜੀ ਬਿਲਕੁਲ ਠੋਕਰ ਮਾਰਨਗੇ ਕਿਉਂਕਿ ਹਰ ਬੰਦਾ ਚਾਹੁੰਦਾ ਹਰ ਲੇਡੀਜ਼ ਦੀ ਪ੍ਰੋਬਲਮ ਇਹ ਹੈ ਜੀ ਮੇਰਾ ਬੰਦਾ ਸ਼ਰਾਬ ਪੀ ਕੇ ਰਾਤ ਨੂੰ ਮੇਰੀ ਖੜਕੈਂਤੀ ਕਰਦਾ ਆ ਉਹ ਜਨਨੀਆਂ ਕਦੀ ਨਹੀਂ ਚਾਹਣਗੀਆਂ ਕਿ ਮੇਰਾ ਬੰਦਾ ਸ਼ਰਾਬ ਪੀਵੇ ਸ਼ਰਾਬ ਦਾ ਜੀ ਇੱਕ ਕਹਿ ਲਓ बन चुका कल्चर बन चुका ਇੱਥੇ ਦਾ ਹਨਾ ਪੰਜਾਬ ਨੂੰ ਮੈਂ ਇਹੀ ਚਾਹੁੰਨੀ ਆ ਸਾਡਾ ਨੂਰਮਲ ਪੰਜਾਬ ਨਸ਼ਾ ਮੁਕਤ ਹੋ ਜਵੇ ਜਿੰਨੀ ਛੇਤੀ ਹੋਵੇ ਹੋ ਸਕੇ ਸਾਡੀ ਬਸ ਇਹੀ ਆ ਕਿ ਅਸੀਂ ਹੁਣ ਇਸ ਚੀਜ਼ ਨੂੰ ਅਸੀਂ ਮੈਂ ਵੀ ਇਹੀ ਚਾਹੁੰਨੀ ਆ ਕਿ ਸਭ ਤੋਂ ਪਹਿਲਾਂ ਅਸੀਂ ਇਹ ਬੰਦ ਕਰਾਈਏ ਲੋਕੀ ਜਿਹੜੇ ਸ਼ਰਾਬ ਪੀਂਦੇ ਨੇ ਸੜਕਾਂ ਤੇ ਡਿੱਗੇ ਫਿਰਦੇ ਨੇ ਕੋਈ ਕੋਸ਼ਾ ਕੋਈ ਕੋਸ਼ਾ ਇਹ ਸਾਰਾ ਮੈਂ ਸਭ ਤੋਂ ਪਹਿਲਾਂ ਪੈਰਦੇ ਆਧਾਰ ਤੇ ਕਹੂੰਗੀ ਕਿ ਸ਼ਰਾਬ ਵੰਡਣੀ ਬੰਦ ਕਰਨ ਇਹ ਬਹੁਤ ਗਲਤ ਗੱਲ ਆ ਜਿਹੜਾ ਚਲੋ ਤੁਸੀਂ ਠੀਕ ਆ ਵੋਟਾਂ ਵਿੱਚ ਖੜੇ ਹੋ ਕੰਪੀਟੀਸ਼ਨ ਬਹੁਤ ਟਫ ਹੈ ਪਰ ਸ਼ਰਾਬਾਂ ਦੇ ਕੇ ਤੁਸੀਂ ਕਿਸੇ ਨੂੰ ਖਰੀਦ ਨਹੀਂ ਸਕਦੇ ਸ਼ਰਾਬ ਪੀ ਕੇ ਅਗਲਾ ਤੁਹਾਡੇ ਘਰ ਆ ਕੇ ਗਾਲਾਂ ਕੱਢਦਾ ਉਹਦਾ ਕੀ ਫਾਇਦਾ ਹੁੰਦਾ ਤੁਸੀਂ ਹੈਨਾ ਅਗਲਾ ਆ ਕੇ ਗਾਲਾਂ ਕੱਢਦਾ ਲੋਕੀ ਰਿਕਾਰਡਿੰਗ ਕਰਦੇ ਨੇ ਉਹ ਫੇਸਬੁਕ ਤੇ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਕਰਕੇ ਲੱਗਦਾ ਪੱਕਾ ਵੀ ਆ ਕਿ ਜਿਹੜੇ ਬਾਰਡ ਨੰਬਰ 12 ਇਹ ਬਾੜ ਨੰਬਰ 3 ਦੇ ਵਿੱਚ ਮੋਰਚਾ ਫਤਿਹ ਕਰ ਲੋਗੇ ਬਿਲਕੁਲ ਜੀ ਬਿਲਕੁਲ ਅਸੀਂ ਫਤਿਹ ਕਰਾਂਗੇ ਫਤਿਹ ਕਰਕੇ ਅਸੀਂ ਤੁਹਾਨੂੰ ਫਿਰ ਦੁਬਾਰਾ ਖਬਰ ਦਵਾਂਗੇ ਤੁਸੀਂ ਆਈਓ ਜਿੱਦਾਂ ਵੀ ਸਾਡਾ ਹੋ ਸਕਿਆ ਅਸੀਂ ਤੁਹਾਨੂੰ ਆਪਣੇ ਕੰਮ ਵੀ ਅਗਲੇ ਵੀ ਦਿਖਾਵਾਂਗੇ ਹੁਣ ਤੱਕ ਅਸੀਂ ਇਹਨਾਂ ਦੇ ਸਿਰ ਤੇ ਸੇਹਰਾ ਬੰਨਦੇ ਆ ਰਹੇ ਹਾਂ ਹੁਣ ਅਸੀਂ ਗੁਰਵਿੰਦਰ ਦੇ ਸਿਰ ਤੇ ਸੇਹਰਾ ਬੰਨਾਂਗੇ ਬਬਤਾ ਦੀਪ ਦੇ ਸਿਰ ਤੇ ਵੀ ਬੰਨਾਂਗੇ ਜੀ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੇ ਤੁਸੀਂ ਸਾਡੇ ਨਾਲ ਇਹਨਾਂ ਕੀਮਤੀ ਸਮਾਂ ਸਾਨੂੰ ਦਿੱਤਾ ਤੁਸੀਂ ਓਕੇ ਜੀ ਤੁਸੀਂ ਬੜੇ ਰੋਸ਼ਨ ਕਰ ਦਿੱਤੇ ਨਾਲ ਤੁਸੀਂ ਦੇਖ ਰਹੇ ਹੋ ਛੰਕਾਟਾ ਟੀਵੀ ਨਿਊਜ਼